ਪੁਰਾਣ ਮੇਲੇ ਜਿੰਦਾਂ ਸੱਜਣ ਮਿਲੇ ਸੱਜਣਾ ਸੱਚੇ ਸਬਦ ਸੁਣਾਏ ਇਹ ਵਿੱਚ ਸਾਰਾ ਪਰਿਵਾਰ ਇਹ ਅੰਬਰ ਸਾਤਾ ਉੱਪਰ ਪਉਣ ਮੰਡੂਈ ਕਥਾ ਹੋ ਜਾਂਦਾ ਸੱਚੇ ਮਹਿਲ ਚਲਾ ਜਾਂਦਾ ਇਹ ਇੱਛਾ ਤਾਰੀ ਨੇ ਇਹਨਾਂ ਨੂੰ ਪਹਿ ਦਿੱਤਾ ਕਿ ਪਉਣ ਦਵ ਰੱਖੇ ਚੱਲਦਾ ਕਰ ਤੁਸੀਂ ਚਲੇ ਗਏ ਕਰੋ ਆਉਣਾ ਪਉਣ ਵਿੱਚ ਮਿਲੋਗੇ ਤੇ ਤੁਸੀਂ ਇਧਰਲੇ ਪਾਸੇ ਆ ਸਕਦੇ ਜੇ ਨਹੀਂ ਤਾਂ ਕਾਲ ਬੈਠੇ ਰਹੋ ਦਰ ਤੇ ਬੈਠੇ ਰਹੋ ਤੁਹਾਡਾ ਪੌਣ ਦਾ ਜਿਹੜਾ ਕੋਈ ਨਹੀਂ ਵਿਚਾਰ ਕਿ ਇਸ ਕਰਦੇ ਇੱਥੇ ਚਲੇ ਗਏ ਨੇ ਇੱਥੇ ਵਿਚਾਰ ਨਹੀਂ ਜਦੋਂ ਕੰਮ ਤੇ ਆਉਣੇ ਵਿਚਾਰ ਹੈ ਇਹਨਾਂ ਦੀ ਅਵਸਥਾ ਕੀ ਹੈ ਉਹਦੇ ਸੱਚੇ ਮਹਿਲ ਨਿਵਾਸ ਨਰੰਤਰ ਆਮ ਜਾਨ ਚਿਕਾਇਆ ਨਾ ਮਨ ਚੱਲੇ ਨਾ ਪੌਣੜਾ ਇਹਨਾਂ ਦੀ ਅਵਸਥਾ ਹੈ ਕਿ ਜਦੋਂ ਮਰ ਜੇ ਇਹ ਜਾਨ ਇੰਦਰੀਆਂ ਛੱਡ ਕੇ ਅਗਮੋ ਚਲੇ ਜਾਂਦੇ ਨੇ ਆਪ ਦੇ ਘਰ ਚਲੇ ਜਾਂਦੇ ਸੁਖ ਮਹਿਲ ਚਲੇ ਜਾਂਦੇ ਜਦੋਂ ਮਰ ਮਰ ਜੇ ਸੱਤ ਮੈਰ ਹੋਟੇ ਲ ਜਾਂਦੇ ਇਹ ਫਿਰ ਜਦੋਂ ਇਹਨਾਂ ਦੀ ਇੱਛਾ ਹੈ ਇਥੋਂ ਪਾਉਣ ਵਿੱਚ ਆਏ ਪਾਉਣ ਵਿੱਚ ਆ ਕੇ ਇਸ ਅਲਾਕੇ ਵਿੱਚ ਪ੍ਰਵੇਸ਼ ਹੋ ਗਏ ਇੱਥੇ ਵਿਚਾਰ ਸ਼ੁਰੂ ਹੋਏ ਕੰਮ ਕੀਤਾ ਫਿਰ ਵਾਪਸ ਜਿਵੇਂ ਆਪਾਂ ਕੰਮ ਕਰਕੇ ਘਰ ਆ ਜਾਂਦੇ ਹਾਂ ਕਾਰ ਵਿੱਚ ਸ਼ਾਂਤੀ ਆਉਂਦੀ ਐਸੀ ਤਰ੍ਹਾਂ ਇਹ ਪਰਿਵਾਰ ਕੰਮ ਕਰਕੇ ਮਨ ਜਿਹੜਾ ਆਪਦੇ ਨਿਜ ਮਹਿਲ ਵਿੱਚ ਆ ਜਾਂਦਾ ਠਿਰ ਕੇ ਆ ਜਾਂਦਾ ਦਰਸ਼ਨ ਦਵਾਰ ਵਿੱਚ ਆ ਜਾਂਦਾ ਇੱਥੇ ਸੁੱਖ ਹੈ ਇਹ ਹੁਣ ਇਹਨਾਂ ਦੇ ਮੈਂਬਰ ਦੇ ਚਾਹੁੰਦੇ ਨੇ ਐਸੀ ਸੈਰ ਕਰਨੀ ਇਸ ਇਲਾਕੇ ਉਚੋਠੇ ਆ ਜਿਹੜਾ ਇਲਾਕਾ ਇਸੂੰ ਬੇਗੰਪੁਰ ਆ ਕੇ ਜੀ ਨੇ ਨਿਜ ਮਹਿਲ ਵਿੱਚੋਂ ਜਿਵੇਂ ਆਪਾਂ ਉਤਰ ਕੇ ਇੱਧਰ ਆਉਨੇ ਆਂ ਦਰ ਖੋਲਿਆ ਖਾਲਦੇ ਦੀ ਪ੍ਰਵੇਸ਼ ਹੋ ਗਏ ਇਹਨਾਂ ਹੁਣ ਘਰ ਦੇ ਵਿੱਚੋਂ ਬੇਗੰਪੁਰ ਸ਼ਹਿਰ ਜਾਣਾ ਦਗਾ ਵੀ ਪ੍ਰਵੇਸ਼ ਹੋਣਾ ਉਹ ਕਿਤੇ ਅੰਦਰ ਸੈਂ ਪ੍ਰਕਾਸ਼ ਉਹ ਜੋ ਨਿਗਲੋ ਸ਼ਬਦੋ ਇਸਮਾਓ ਸ਼ਬਦ ਨਾਲ ਲੇ ਟੋੜੋ ਸੁਣ ਮੰਡਲ ਵਿੱਚ ਜਾਓ ਹੁਣੰਦ ਨੇ ਫਿਰ ਕੀ ਕਹਦੇ ਸੁਖਮ ਕੇ ਕਹਾ ਰਾਗ ਸੁਣ ਸੁਣ ਮੰਡਲ ਲਿਵ ਲੈ ਇਸੋਂ ਮੰਡਲ ਨੂੰ ਦਰਗਾਹ ਤੇ ਪਰ ਲੋਕਿਆ ਇਸੇ ਨੂੰ ਬੇਗੰਪੁਰਾ ਸ਼ਹਿਰ ਕਿ ਹੈ ਜਿੰਨਾ ਚੇ ਮਰਜੀ ਸ਼ਹਿਰ ਕਰੋ ਫਿਰ ਵਾਪਸ ਸਮਾਂ ਵਿੱਚ ਆ ਜਾਓ ਇਹਨਾਂ ਗੁਰਮਖੰਦਾਂ ਜੀਵਨ ਇਹ ਮੁਕਤ ਹੋ ਚੁੱਕੇ ਨੇ ਇਹਨਾਂ ਨੂੰ ਉਹ ਸੌਦਾ ਪੈਦਾ ਆ ਚੁੱਕਾ ਹੈ ਜੇ ਸਬਦ ਰਾਹੀਂ ਮਾਲਕ ਦੇ ਨਾਲ ਸਦਮੈਂ ਇਸ ਕਰਕੇ ਮਹਾਰਾਜ ਆਂਦਨ ਇਹ ਜੀਵਨ ਮੁਕਤ ਨੇ ਔਰ ਜਿਉਂਦੇ ਦੇ ਵਿੱਚ ਮਰੇ ਪ੍ਰਵਾਨ ਨੇ ਗੁਰਮੁਖ ਗੁਰਬਾਨੇ ਫਰਮਾ ਰਹੇ ਨੇ ਗੁਰਮੁਖ ਜਿਵੇਂ ਮਰੇ ਪ੍ਰਵਾਨ ਆਰਦੈਂਸੇ ਜੀ ਸ਼ਬਦ ਪਛਾਣ ਇਹਨਾਂ ਨੂੰ ਸਾਰਿਆਂ ਨੂੰ ਸ਼ਬਦ ਦੀ ਪਛਾਣ ਹੈ ਹੁਣ ਇਹ ਜਿਹੜੇ ਗੁਰਮਖ ਨੇ ਇਹਨਾਂ ਦਾ ਜੀਵਨ ਇੱਕ ਦੂਸਰੇ ਨੂੰ ਜਦੋਂ ਇਹ ਵਿਚਰਦੇ ਹੋયા ਇਧਰ ਕੰਮ ਤੇ ਆਉਂਦੇ ਨੇ ਇੰਤਜ਼ਾਰ ਹੁੰਦੀ ਕਿ ਸਾਡਾ ਸਾਥੀ ਕੰਮ ਤੇ ਗਿਆ ਫਿਰ ਜਦੋਂ ਇਸ ਇਲਾਕੇ ਵਿੱਚ ਇਹਨਾਂ ਇਕੱਠੇ ਹੋਣਾ ਉਧਰ ਇਲਾਕੇ ਵਿੱਚ ਆ ਗਏ ਨੇ ਆਂਦੇ ਚੱਲੋ ਵਾਰੀ ਵਾਰੀ ਚੱਲਦੇ ਨੇ ਜੀ ਕੋਈ ਪਹਿਲ ਉਹ ਇੱਧਰ ਲਾ ਕੇ ਉਹ ਚਾਹ ਪ੍ਰਵੇਸ਼ ਹੋਇਆ ਕੋਈ ਬਾਅਦ ਵਿੱਚ ਆਉਂਦਾ ਜਦੋਂ ਫਿਰ ਇਸ ਆਕਾਰ ਵਿੱਚ ਪ੍ਰਵੇਸ਼ ਹੁੰਦੇ ਨੇ ਫਿਰ ਇੱਕ ਦੂਸਰੇ ਮਿਲ ਕੇ ਸੁਬਾ ਫਤਿਹ ਬੁਲਾਉਂਦੇ ਨੇ ਤੇ ਸ਼ੁਕਰ ਹੈ ਮਾਲਕ ਨੇ ਇਸ ਲਾਗੇ ਫਿਰ ਇਕੱਠਾ ਕਰਤਾ ਹੈ ਕੰਮ ਕਰਨ ਕਿਉਂ ਫਤਿਹ ਬੁਲਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੂੰ ਇੱਕ ਖਾਸੇ ਦਾ ਪਹਿਤ ਦਿੱਤਾ ਹੋਇਆ ਹੈ ਇਤੋਂ ਸੇ ਖਾਲਸ ਹੋ ਐਸੇ ਜਿੰਨੇ ਵੀ ਸਾਚੇ ਚੋਂ ਪੈਦਾ ਹੋਏ ਸਾਰੇ ਖਾਲਸੇ ਲੇਕਿਨ ਸਾਡਾ ਮਨ ਜਿਹੜਾ ਹੈ ਇਹ ਤਰ੍ਹਾਂ ਗੁਣਾ ਹੋ ਕੇ ਜਾ ਕੇ ਨਿਖਾਲਸ ਹੋ ਗਿਆ ਇਸ ਇਹਨਾਂ ਨੂੰ ਸਾਰਾ ਖੇਲ ਜਿੱਤੇ ਹੋਣ ਕਰਕੇ ਇਹਨਾਂ ਨੂੰ ਸਮਝਾਇਆ ਕਿ ਅ ਜਿਹੜੇ ਤੁਹਾਡੇ ਤੱਤ ਨੇ ਸਿਰ ਦੇ ਇਹ ਖਾਲਸ ਨੇ ਪੰਜ ਤੱਤ ਇਹ ਕਿੱਥੋਂ ਪ੍ਰਗਟ ਹੋਏ ਨੇ ਸਨ ਵਿੱਚੋਂ ਸੱਚ ਵਿੱਚੋਂ ਸਾਚ ਨੂੰ ਸਨ ਨੂੰ ਕਿਹਾ ਹੈ ਦੱਸ ਰਹੇ ਨੇ ਆਪਾਂ ਨੂੰ ਪੰਜ ਤਤ ਸੁੰਨ ਪ੍ਰਗਾਸਾ ਦੇ ਸਯੋਗੀ ਕਰਮ ਅਭਿਆਸਾ ਇਹ ਸੁੰਨੂ ਚ ਪ੍ਰਗਟ ਹੋਏ ਨੇ ਇਸ ਕਰਕੇ ਪੰਜੇ ਤਤ ਵੀ ਖਾਲਸ ਨੇ ਇਹਨਾਂ ਦੇ ਵਿੱਚ ਜਿਹੜੇ ਜੋਤ ਹੈ ਉਹ ਵੀ ਖਾਲਸ ਹੈ ਇਸ ਕਰਕੇ ਇਹਨਾਂ ਸਮਝਾਇਆ ਕਿ ਤੁਸੀਂ ਖਾਲਸਾ ਹੋ ਲੇਕਿਨ ਤੁਹਾਡਾ ਮਨ ਇੱਥੇ ਜਾ ਕੇ ਨਖਾਲਸ ਹੋ ਗਿਆ ਸੀ ਉਚਾਰਾਂ ਵਿੱਚ ਜਾ ਕੇ ਤੇ ਜਦੋਂ ਇਹਨਾਂ ਨੂੰ ਪੇਦਰ ਖੁੱਲਾ ਸੀ ਵੀ ਅਸੀਂ ਨਖਾਲਸ ਹੋ ਚੁੱਕੇ ਹਾਂ ਉਸ ਵਕਤ ਫਿਰ ਇਹਨਾਂ ਗੁਰੂ ਦੇ ਸ਼ਰਨ ਵਿੱਚ ਆ ਕੇ ਜੋ ਭਗਤੀ ਕੀਤੀ ਤੇ ਸ਼ਬਦ ਪ੍ਰਗਟ ਹੋ ਕੇ ਮਾਕ ਨੇ ਮਦਦ ਕੀਤੀ ਸੱਚ ਕਰਦੇ ਇਸ ਜੀਵ ਨੇ ਇਹ ਕਿਸ ਵਿੱਚੋਂ ਪ੍ਰਗਟ ਹੋਇਆ ਜੋਤ ਤੇ ਇਹਨਾਂ ਦਾ ਸੇਜ ਸੱਚ ਵਿੱਚੋਂ ਇਹਨਾਂ ਨੂੰ ਸਮਝਾਇਆ ਗਿਆ ਕਿ ਸੱਚ ਨੂੰ ਗੁਰਨੰਦ ਘਰ ਨੇ ਵਹਿ ਰੁਕਿਆ ਤੇ ਕਿਸ ਦਾ ਖਾਲਸਾ ਹੈ ਸਮਝਾਤਾ ਹੈ ਵਹਿਰੂ ਜੀ ਦਾ ਖਾਲਸਾ ਜਿਸ ਵਿੱਚ ਪ੍ਰਗਟ ਹੋਇਆ ਤੇ ਜਦੋਂ ਨੈਕਲੰਕ ਦਾ ਰੂਪ ਧਾਰਨ ਕਰਕੇ ਮਦਦ ਤੇ ਆਇਆ ਤੇ ਜਿੱਤ ਕਹਿੰਦੇ ਮਦਰ ਨਾ ਹੋਈ ਉਸ ਅਕਾਲ ਪੁਰਖ ਦੀ ਮਦਰ ਨਾ ਇਸ ਕਰਕੇ ਇਹ ਫਤਿਹ ਵੀ ਉਸ ਵਾਹਿਰੂ ਦੇ ਕੇ ਆਂਦੇ ਨੇ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਦੀ ਫਤਿਹ ਇਹ ਖੇ ਜਿੱਤ ਚੁੱਕੇ ਨੇ ਹੁਣ ਇਸੇ ਤਰ੍ਹਾਂ ਹੀ ਇਹਨਾਂ ਨੂੰ ਸਾਰਾ ਪੇਦ ਆ ਗਿਆ ਕਿਉਂਕਿ ਇਹਨਾਂ ਦਾ ਵੀ ਇਸ ਇਲਾਕੇ ਵਿੱਚ ਮਨਪ੍ਰੇਤ ਬਣ ਚੁੱਕਾ ਸੀ ਇਸ ਇਲਾਕੇ ਵਿੱਚ ਆ ਚੁੱਕਾ ਸੀ ਜਿਹੜਾ ਅਰਜਗੋਂ ਤੇ तमगੋਂ ਤੇ ਚੱਲਦਾ ਹੈ ਉਸ ਨੂੰ ਪ੍ਰੇਤ ਕਿਹਾ ਜਾਂਦਾ ਹੈ ਜਿਨੇ ਆਪਣੇ ਆਪ ਨੂੰ ਨੇ ਪਛਾਨਿਆ ਜਿਨੇ ਸੱਚ ਨੂੰ ਨੇ ਪਛਾਨਿਆ ਉਹਨੂੰ ਪ੍ਰੇਤ ਦਾ ਨਾਮ ਦਿੱਤਾ ਗਿਆ ਮਾਲਾ ਦੇ ਕਾਲ ਮੈਂ ਪ੍ਰੇਤ ਜਨਰਾਮ ਨਾ ਪਛਾਤਾ ਇਹ ਹੁਣ ਇਹਨਾਂ ਨੂੰ ਦੱਸਿਆ ਗਿਆ ਕਿ ਤੁਸੀਂ ਪ੍ਰੇਤ ਹੋ ਚੁੱਕੇ ਹੋ ਇਸ ਪਿੰਜਰ ਵਿੱਚ ਵੱਟ ਕੇ ਇਹ ਮਨ ਦੁੱਖ ਦਿੱਤੀ ਜਾ ਰਿਹਾ ਹੈ ਪ੍ਰੇਤ ਪਿੰਜਰ ਵਿੱਚ ਦੁੱਖ ਕਨੇ ਦੇ ਇਨਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਆਪ ਦੇ ਪੇਸ਼ਾਨ ਕਰੋ ਤੁਸੀਂ ਪ੍ਰੇਤ ਹੋ ਤੇ ਪ੍ਰੇਤ ਕਿਵੇਂ ਬਣੇ ਨਾ ਪੁੱਛਿਆ ਅਸੀਂ ਪ੍ਰੇਤ ਕਿਵੇਂ ਬਣ ਗਏ ਇਹਨਾਂ ਨੂੰ ਸਮਝਾਇਆ ਗਿਆ ਤੁਸੀਂ ਇੱਧਰ ਅਲੱਗ ਕਿ ਪਿਆਰ ਪਾਇਆ ਮੋਹ ਮਾਇਆ ਨਾਲ ਇਸ ਕਰ ਪ੍ਰੇਤ ਬਣ ਚੁੱਕੇ ਹੋ ਉਹ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰ ਇਹ ਜਮ ਕੇ ਸਰਕਾਰ ਹੈ ਇਹਨਾਂ ਉੱਪਰ ਜਮ ਕੇ ਡੰਡ ਕਰਾਰ ਮਨਮੁਖ ਜਮ ਮਗ ਪਾਇਨ ਜਿਨ੍ਹਾਂ ਦੂਜਾ ਪਾਉ ਪਿਆਰ ਆ ਜੰਪਰ ਬੱਧੇ ਮਾਰ ਵੀ ਸੁਣੇ ਨਾ ਉਪਕਾਰ ਇਹਨਾਂ ਨੂੰ ਸਮਝਾਇਆ ਗਿਆ ਕਿ ਤੁਹਾਡਾ ਜਿਹੜਾ ਮਨ ਹੈ ਇਹ ਪ੍ਰੇਤ ਬਣ ਚੁੱਕਾ ਹੈ ਹੁਣ ਇਸ ਅਵਸਥਾ ਵਿੱਚ ਚਲਾ ਗਿਆ ਜੇ ਤਾਂ ਇਹਨੂੰ ਤੁਸੀਂ ਬਚਾਉਣਾ ਹੈ ਤੇ ਤੁਹਾਨੂੰ ਇਹਨੂੰ ਮਾਰਨਾ ਪਏਗਾ ਜਾਂ ਮਾਇਆ ਨੂੰ ਮਾਰ ਦਿਓ ਜਾਂ ਮਨ ਨੂੰ ਮਾਰ ਦਿਓ ਲੋਚੇਕ ਨੂੰ ਮਾਰ ਦਿਓ ਇਹ ਮਾਇਆ ਦੇ ਨਾਲ ਇਹਨਾਂ ਪਿਆਰ ਪਾ ਚੁੱਕਾ ਹੈ ਕਿ ਇੱਕ ਦੂਜੇ ਸ਼ੱਦ ਹੋ ਗਏ ਨਹੀਂ ਦੋਵਾਂ 'ਚ ਇੱਕ ਨੂੰ ਮਾਰ ਦਿਓ ਜੇ ਮਾਇਨ ਮਾਰਨਾ ਹੈ ਤੇ ਕਿਵੇਂ ਮਾਰਨਾ ਹੈ ਉਹਦਾ ਮਾਇਕਾ ਮਾਰਨਾ ਹਰਨਾਮ ਹੈ ਤੇ ਜੇ ਉਹ ਮਾਰ ਨਹੀਂ ਮਾਰਨਾ ਤੁਸੀਂ ਆਪਣੇ ਆਪ ਨੂੰ ਮਾਰ ਲਓ ਆਪ ਦੇ ਮਨ ਨੂੰ ਮਾਰ ਦਿਓ ਉਹ ਸਮਝਾਤਾ ਕਿ ਸਬਦ ਦੁਆਰਾ ਇਸ ਨੂੰ ਮਾਰ ਦਿਓ ਜੇ ਤੁਸੀਂ ਸਬਦ ਦੁਆਰਾ ਮਰ ਗਏ ਤੇ ਤੁਹਾਨੂੰ ਜਨਮ ਦੁਬਾਰਾ ਦੇ ਦੇਣਗੇ ਇਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜੇ ਤੁਸੀਂ ਮਰ ਗਏ ਤੇ ਲੋਕ ਤਾਂ ਮਰਦੇ ਨੇ ਆਇਆ ਤ੍ਰੈ ਗੁਣਾ ਦੇ ਵਿੱਚ ਇੱਥੇ ਡੁੱਬ ਗਏ ਤੇ ਇੱਥੇ ਮਰ ਗਏ ਇੱਥੇ ਜਨਮ ਹੋ ਗਿਆ ਇਹਨਾਂ ਨੂੰ ਸਮਝਾਇਆ ਪਹਿਲੇ ਤੁਸੀਂ ਸਭ ਦੁਆਰਾ ਮਰ ਗਏ ਤੁਹਾਨੂੰ ਇਸ ਸਿਰਵਚ ਰੰ ਦੇ ਜਿੰਦਾ ਕਰ ਦੇਵਾਂਗੇ ਇਸ ਸਿਰਵਚ ਰਹਿੰਦਿਆਂ ਹੀ ਸਵਾਸ ਹੁੰਦੇ ਤੁਹਾਨੂੰ ਜਨਮ ਦੇ ਦੇਵਾਂਗੇ ਤੇ ਸਦਾ ਵਾਸਤੇ ਅਮਰ ਹੋ ਜਾਓਗੇ ਇਹਨਾਂ ਨੂੰ ਜਿਉਂਦੇ ਹਾਂ ਮਰਨਾ ਸਿਖਾ ਦਿੱਤਾ ਉਹਦਾ ਸੰਸਾਰ ਦੇ ਵਿੱਚ ਹਰ ਕੋਈ ਮਰਦਾ ਹੈ ਮਰ ਕੇ ਦੁਬਾਰਾ ਜਨਮ ਲੈਂਦਾ ਹੈ ਤੇ ਮਰਨਾ ਇਨੋਂ ਸਿਖਾਇਆ ਗੁਰਮਖੰਡ ਗੁਰੂ ਮਰਨਾ ਸਿਖਾਉਂਦਾ ਹੈ ਮਰ ਕੇ ਕਿਵੇਂ ਜੀਵਤ ਹੋਣਾ ਜੀਵਤ ਮਰੇ ਮਰੇ ਫਿਰ ਜੀਵੇ ਐਸੇ ਸਨ ਸਮਾਇਆ ਅਨੰਮ ਮਹਿ ਨਰਨਰਗੇ ਬਹੁ ਨਪਾਗਿਲ ਪਾਇ ਇਹਨਾਂ ਨੇ ਸਿਖਾਇਆ ਮਰਨਾ ਉਹਦਾ ਮਾਰੇ ਗੁਰਬਾਣੀ ਦੱਸਦੇ ਨੇ ਮਰਦਾ ਮਰਦਾ ਜਗ ਮੋਗਾ ਮਰ ਪੀ ਨਾ ਜਾਣਿਆ ਕੋਏ ਐਸੀ ਮਰਨੇ ਜੋ ਮਰੇ ਬਹੁ ਨ ਮਰਨਾ ਹੋਏ ਲੇਕਿਨ ਐਸ ਪਾਪ ਸਾਗਰ ਵਿੱਚ ਆਪਣਾ ਅਖੀਰ ਤੱਕ ਸਵਾਸ ਚੱਲਦੇ ਨੇ ਇਸ ਕਰਕੇ ਕੀ ਦਸੈ ਨੇ ਉਹਦੇ ਅੰਤ ਸਮੇਂ ਦਾ ਨਹੀਂ ਪਤਾ ਕੀ ਬਸਤਾ ਬਣ ਜੇ ਇਸ ਗਏ ਫਰਮਾ ਰਹੇ ਨੇ ਗੁਰਬਾਣੀ ਚ ਉਹਨੇ ਕਿਹਾ ਜਾਣਾ ਕਿ ਮਰेंगे ਕਿਹਸਾ ਮਰਨਾ ਹੋਏ ਜੇਕਰ ਸਹਿਮਣੋਂ ਵਿਸਰੇ ਸਹਿਸਲਾ ਮਰਨਾ ਹੋਏ ਮਰਨੇ ਤੇ ਜਗ ਡਰੇ ਜਿਵੇਂ ਲੋੜੇ ਸਭ ਕੋਏ ਗੁਰ ਪ੍ਰਸਾਦਿ ਜੀਵਤ ਮਰੇ ਹੁਕਮੇ ਬਜੇ ਸੋਏ ਨਾਨਕ ਐਸੀ ਮਰਨੇ ਜੋ ਮਰੇ ਤ ਸਦ ਜੀਵਨ ਹੋਏ ਇਹਤੇ ਅੰਦੇ ਨੇ ਜੇ ਤੋਸੀਂ ਇਹ ਸਿਆ ਸਬਦ ਦਾ ਮਾਰਗ ਹੈ ਤੇ ਸਦਾ ਵਾਸਤੇ ਜੀਵਤ ਹੋ ਜਾਓਗੇ ਇਥੇ ਹੁਣ ਇਹਨਾਂ ਨੂੰ ਮਰਨਾ ਸਿਖਾਇਆ ਮਰਨ ਤੋਂ ਬਾਅਦ ਇਹਨਾਂ ਦਾ ਜਨਮ ਕਿੱਥੇ ਕੀਤਾ ਮਹਾਰਾਜ ਗੁਰਪ੍ਰਸਾਦ ਜੀ ਜੀਵਤ ਮਰੇ ਮਤ ਜੀਵੇ ਸਬਦ ਕਮਾਇ ਮੁਗਲ ਦੁਆਰਾ ਸੋਈ ਪਾਜ ਵਿੱਚੋਂ ਆਗੋਏ ਤੇ ਹੁਣ ਕਿੱਥੇ ਜਨਮ ਦਿੱਤਾ ਨੇ ਗੁਰਪ੍ਰਸਾਦ ਜੀ ਸ਼ਿਵਕਰ ਜਮੇ ਵਿਚੋਂ ਸਤਿਗੁਰੂ ਆਏ ਸਤਿਗੁਰੂ ਪਰਮ ਕਟਿਆ ਸ਼ਬਦ ਜੋ ਜਗਾਇਆ ਇੱਥੇ ਹੁਣ ਇਹਨਾਂ ਦਾ ਜਨਮ ਛੇਪੂਰੀ ਵਿੱਚ ਦਸਵੇਂ ਦਵਾਰ ਵਿੱਚ ਹੋ ਗਿਆ ਜਿਉਂ ਹੀ ਮਨ ਮਰਿਆ ਇਹਦਾ ਜਨਮ ਕਿੱਥੇ ਹੋ ਗਿਆ ਛੇਪੂਰੀ ਵਿੱਚ ਇੱਥੇ ਜਨਮ ਜਦੋਂ ਇਸਦਾ ਹੋਇਆ ਇੱਥੇ ਇਸ ਨੂੰ ਲੋਕ ਤੇ ਪਰਲੋਕ ਦੀ ਸੋਚੀ ਦਿੱਤੀ ਗਈ ਮਾਰੇ ਸੱਚੇ ਪਾਤਸ਼ਾਹ ਨੇ ਛਿਵਕੀ ਪੂਰੀ ਬਸੇ ਬੁੱਧਸਾਰ ਤੈ ਤੂੰ ਮਿਲ ਕੇ ਕਰੋ ਵਿਚਾਰ ਇਤ ਉਤ ਕੀ ਸੁਝੀ ਪਰੇ ਇਹਨਾਂ ਲੋਕ ਤੇ ਪ੍ਰਲੋਗ ਦੀ ਸੋਝ ਇਥੇ ਦਿੱਤੀ ਗਈ ਉਸ ਬਾਅਦ ਇਹਨੂੰ ਦੱਸਿਆ ਗਿਆ ਤੁਸੀਂ ਇਥੇ ਰਹਿਣਾ ਸ਼ੁਰੂ ਕਰੋ ਇਥੇ ਇਹਨਾਂ ਰਹਿਣਾ ਸ਼ੁਰੂ ਕੀਤਾ ਇਹਨਾਂ ਤ੍ਰੈਪੰਨ ਦੀ ਸੋਝ ਦਿੱਤੀ ਗਈ ਉਹਦੇ ਨੂੰ ਦਸਵੇਂ ਦੁਆਰ ਰਹਿਤ ਕਰੇ ਤ੍ਰੈਪੰਨ ਸੋਝ ਹੀ ਪਾਇਆ ਇਹ ਤ੍ਰੈਪੰਨ ਦੀ ਸੋਝ ਇਹਨਾਂ ਨੂੰ ਆਉਣ ਜਾਣ ਦਾ ਸਾਰਾ ਪੇਧਾ ਆ ਗਿਆ ਹੁਣ ਇਹ ਸੰਸਾਰ ਦੇ ਵਿੱਚ ਜਿਹੜੇ ਵਿਚਰਦੇ ਰਹੇ ਨੇ ਕਾਲ ਆਉਣਾ ਜਾਣਾ ਹੈ ਮਾਲਕਣਾ ਆਉਣਾ ਜਾਣਾ ਹੈ ਮਾਲਕ ਦੇ ਪਛਾਣ ਹੈ ਉਹਦੇ ਆਵਾਜ਼ ਦੇ ਪਛਾਣ ਨੇ ਸਭ ਦੇ ਪਛਾਣ ਨੇ ਹੁਣ ਇਹਨਾਂ ਵਿੱਚੋਂ ਵੀ ਸਮਾਂ ਆਉਂਦੇ ਸੱਦਾ ਆਇਆ ਇੱਕ ਮੈਂਬਰ ਨੂੰ ਸੱਦਾ ਆ ਗਿਆ ਇਸ ਇਹਨਾਂ ਦੇ ਮੁਖੀ ਨੂੰ ਵੀ ਸੱਦਾ ਆ ਗਿਆ ਇਸ ਇਲਾਕੇ ਵਿੱਚ ਵੀ ਚੱਲਦਾ ਹੈ ਕਿਉਂ ਸੰਸਾਰ ਜਦੋਂ ਤੋਂ ਆਪਾਂ ਇਹ ਪਰਦਾ ਖੋਲਿਆ ਨੇ ਤਦ ਤਰ ਕਾਲ ਦੇ ਦੇਸ਼ ਵਿੱਚ ਇਸ ਇਲਾਕੇ ਵਿੱਚ ਵਿਚਰਦੇ ਹਾਂ ਇਸ ਨੂੰ ਸਦਾਲੀਆ ਕਾਲ ਦਾ ਦੇਸ਼ ਇਧਰ ਵਿਚਰ ਰਹੇ ਨੇ ਲੇਕਿਨ ਇਹਨਾਂ ਰੋਜ਼ ਦਾ ਮਲਾ ਫੋਨ ਕਰਕੇ ਇਹ ਆਵਾਜ਼ ਨੂੰ ਪਛਾਣਦੇ ਨੇ ਮਾਲਕ ਨੂੰ ਇਹ ਜਿਹੜੇ ਆਪਾਂ ਰੋਜ ਸ਼ਬਦ ਸੁਣਨੇ ਆ ਇਹ ਸਭ ਤੇਜ਼ ਹੋਣੇ ਸ਼ੁਰੂ ਹੋ ਗਏ ਜਿਵੇਂ ਜਿਵੇਂ ਇਹ ਤੇਜ਼ ਵਧਦਾ ਗਿਆ ਸ਼ਬਦ ਅੰਬਰ ਦੇ ਅੰਬਰ ਤੇ ਬਹੁਤ ਜ਼ਿਆਦਾ ਹੋਣ ਲੱਗ ਗਿਆ ਤਨ ਦੀ ਭੁਖ ਮਰਨੇ ਸ਼ੁਰੂ ਹੋ ਗਈ ਇਹਨਾਂ ਨੇ ਆਪਦੇ ਪਰਿਵਾਰ ਨੂੰ ਇਕੱਠਾ ਕਰ ਲਿਆ ਪਰ ਮੈਨੂੰ ਪਿਆਰੀ ਦਾ ਹੁਕਮ ਹੈ ਕਿਸੇ ਟਾਈਮ ਤੇ ਵੀ ਹੁਕਮ ਆ ਸਕਦਾ ਹੈ ਦੇਸ਼ ਛੱਡਣ ਦਾ ਘਰ ਮਲਾਇਆ ਜਾ ਸਕਦਾ ਇਸ ਕਰਕੇ ਤੁਸੀਂ ਜਦੋਂ ਮੈਂ ਦੇ ਛੱਡਾਂ ਤੇ ਤੁਸੀਂ ਧਿਆਨ ਰੱਖਣਾ ਕਿ ਮੈਂ ਕਿਹੜੇ ਰਸਤੇ ਜਾਣਾ ਤਾਂ ਕਿ ਮੇਰੇ ਜਾਣ ਤੋਂ ਬਾਅਦ ਗੁਰਮੁਖ ਤੋਂ ਆਥੋ ਪੁੱਛਣ ਗਿਆ ਕਿ ਤੁਹਾਡਾ ਸਾਥ ਕਿੱਥੇ ਚਲਾ ਗਿਆ ਕਿਉਂਕਿ ਇਹਨਾਂ ਨੂੰ ਦੱਸਿਆ ਗਿਆ ਹੈ ਸ੍ਰੀ ਵਿੱਚ ਮਰਨ ਵਾਲੀ ਕੋਈ ਚੀਜ਼ ਨਹੀਂ ਫਰਮਾ ਰਹੇ ਗੁਰਬਾਣੇ ਵਿੱਚ ਹੁੰਦਾ ਮਾਰਟੀ ਮਾਰਟੀ ਹੋਈ ਇੱਕ ਰੋਂ ਹਾਰੇ ਕੀ ਕਾਉਂਟੇ ਕਾਉਂ ਮੂਹਰੇ ਕਾਉਂ ਮੂਹਰੇ ਬ੍ਰह्म ਜਾਨਨੀ ਮਿਲ ਕਰੋ ਵਿਚਾਰਾ ਉਹ ਤੋਂ ਚਲਤ ਪਿਆ ਕਿੱਥੇ ਚਲਾ ਗਿਆ ਇਹ ਤੁਸੀਂ ਦੱਸਣਾ ਮੈਨੂੰ ਤਾਂ ਜਾਣ ਤੋਂ ਬਾਅਦ ਇਹ ਹੁਣ ਗੁਰਮਖ ਨੂੰ ਵਿਚਰੇ ਸਭ ਤੇਜ ਹੋ ਗਏ ਨੇ ਸਾਰਾ ਪਰਿਵਾਰ ਨੂੰ ਦੱਸ ਦਿੱਤਾ ਕਿ ਮੈਨੂੰ ਡਿਸਟਰਬ ਨਹੀਂ ਕਰਨਾ ਮੈਂ ਹੁਣ ਸਭ ਦੇ ਸਮਾਉਣ ਲੱਗਾ ਰੋਸ਼ਣ ਦਾ ਸਬਦ ਸਬਦ ਤੌਰ ਬਹੁਤ ਤੇਜ ਹੋ ਗਿਆ ਤੇ ਜੇ ਹੁਣ ਤੋਂ ਬਾਅਦ ਇਥੇ ਮਾਲਕ ਬੋਲੇ ਜੋ ਸਭ ਦੀ ਗੋਬਿਲ ਗੱਜਿਆ ਬੋਲਿਆ ਜਦੋਂ ਉਹ ਬੋਲਿਆ ਆਖਾਡ ਦਰਸ਼ਨ ਸੇਕ ਹਲ ਸਿਰ ਦੇ ਹਿਲ ਗਏ ਕਰਨ ਦਾਸ ਤਾਂ ਵੀ ਹੁਣ ਨ ਜਾ ਰਹੇ ਜ्यों ਹੀ ਮਾਲ ਕਰਨ ਤਿਆਰੀ ਦਾ ਹੁਕਮ ਦਿੱਤਾ ਆਪ ਬੋਲਿਆ ਇੱਕ ਹੱਲੇ ਨੇ ਉਦੋਂ ਜਮਾ ਆ ਗਏ ਨੇ ਜਮਾ ਨੇ ਆ ਕੇ ਗੰਢ ਖੋਲ ਦਿੱਤੀ ਅੰਦਰ ਨੇ ਖੋਲ ਲਈ ਗੰਢ ਉਠੋ ਲਿਸ਼ਿਆ ਆਰਾਮ ਉਹ ਪਹਿਲੋ ਤਿਆਰੀ ਵਿੱਚ ਬੈਠਾ ਇਹ ਨ ਜਵਨ ਹੁਕਮ ਸੀ ਗੁਰਮੁਖੇ ਗੰਢ ਖੋਲਣ ਬਾਅਦ ਇੰਨੀ ਦੂਰ ਚਲਾ ਜਾਣਾ ਜਿੱਥੇ ਤੁਹਾਨੂੰ ਸਭ ਦੇ ਆਵਾਜ਼ ਨਾ ਆਏ ਸਭ ਨ ਸੁਣਾਈ ਦੇ ਕਿਉਂਕਿ ਗੁਰਮੁਖ ਨੇ ਨਾਵਿਸਮਾ ਕੇ ਜਾਣਾ ਦੂਰ ਭੱਜ ਜਾਣਾ ਜਿਉਂ ਗੰਢ ਖੋਲੀ ਪਰਵਾਣਾ ਦਿਖਾਇਆ ਭੱਜ ਗਏ ਉਹਦੇ ਸਬਦ ਸੁਣੇ ਤਾਂ ਦੂਰੋਂ ਭੱਜ ਗਏ ਮਤ ਮਾਰੇ ਹਰ ਜੀ ਹੋਵੇ ਪ੍ਰਵਾਹ ਦੂਰ ਜਾ ਖੜੇ ਹੋਏ ਗੁਰਮੁਖ ਸਕੋਚੇ ਆਪਣੇ ਆਪ ਨੂੰ ਇਹ ਸਬਦ ਉਸਮਾ ਗਏ ਨੇ ਦੇਖਦੇ ਪਹਿਣਾ ਉਹ ਕਰਦੇ ਮਿੱਟੀ ਨੂੰ ਇਸ ਨਾਮ ਨਾਲ ਛੱਡਿਆ ਉਹ ਨਾਮ ਦੇ ਨਾਲ ਸਮਾ ਕੇ ਜਾ ਰਿਹਾ ਦੂਜੇ ਛੱਡਿਆ ਤੀਜੇ ਛੱਡਿਆ ਐਸਾ ਸਤੇ ਤੇ ਗੁਰਮਖ ਜਾ ਰਿਹਾ ਧਰਮ ਦਾ ਜਿੱਥੇ ਸਤੋਗੰਦ ਜਾਂਦਾ ਹੋਇਆ ਅਨ ਰਸਤੇ ਦੇ ਵਿੱਚ ਐਸਾ ਇਲਾਕੇ ਵਿੱਚ ਮਨਮੁਖਾਂ ਨੂੰ ਕਿਵੇਂ ਸਜਾਉਂ ਦਿੱਤੀਆਂ ਜਾ ਰਹੀਆਂ ਨੇ ਕਿਵੇਂ ਅਗ ਨੂੰ ਇਹ ਸਾਡੇ ਜਾ ਰਹੇ ਨੇ ਕਿਵੇਂ ਪਾਣੀ ਦੇ ਉਬਲਦੇ ਵਿੱਚ ਕਿਵੇਂ ਹਾ ਹਾ ਹਾਕਾਰ ਮੱਚੀ ਹੋਈ ਕਰਲਾਟਾਂ ਪਾਰੀਆਂ ਇਹ ਦਿਸਦਾ ਜਾ ਰਿਹਾ ਇੱਕ ਗੁਰਮੁਖ ਕਿਹੜੇ ਰਸਤੇ ਜਾਂਦੇ ਨੇ ਜਿਹੜੇ ਰਸਤੇ ਆਤਮਾ ਮਨ ਜੜੇ ਜਨਮ ਲੈਣ ਵਾਸਤੇ ਹੁੰਦੇ ਨੇ ਇਸ ਇਲਾਕੇ ਦੇ ਵਿੱਚ ਪੀੜ ਲੱਗੀ ਖੜੀ ਆਉਣ ਜਾਣ ਵਾਲਿਆਂ ਨੇ ਮਹਾਰਾਜ ਜੰਦੇ ਸਾਥ ਲੜੇ ਤਿੰਨ ਆਠੀਆਂ ਪੀੜ ਘਣੀ ਦਰਿਆਉ ਆਪ ਉਹਦੇ ਸਮਾਂ ਚੁੱਕੇ ਨੇ ਕੋਈ ਆ ਰਿਹਾ ਕੋਈ ਜਾ ਰਿਹਾ ਇਹ ਗੁਰਮੁਖ ਹੁਣ ਉਸ ਰਸਤੇ ਚੱਲਿਆ ਜਿਸ ਰਸਤੇ ਆਤਮਾ ਜਨਮ ਲੈਣ ਵਾਸਤੇ ਹੁੰਦੀਆਂ ਨੇ ਕੀ ਦੱਸੇ ਨੇ ਜਾ ਰਿਹਾ ਜੈ ਆਵਟੇ ਬਹੁਤ ਕੰਨ ਸਾਥ ਪਾਰ ਬ੍ਰਹਮ ਕੇ ਸੰਗੀ ਸਾਥ ਚਿੱਤਰ ਗੁਰਸਬ ਲੈਹਤੇ ਲੇਖਾ ਭਗਤ ਜਿਨਾ ਦਿਸ ਨਾ ਪੇਖਾ ਕੋ ਨਾਨਕ ਜੇ ਸਤਪੁਰ ਪੂਰਾ ਵਾਜੇ ਤਾਂ ਕਿ ਅਨਹਤ ਹੋਰਾ ਤੌਰ ਵਾਜਦਾ ਜਾ ਰਿਹਾ ਗੁਰਮੁਖ ਨੂੰ ਖਾਲੀ ਰਸਤਾ ਕੀਤੇ ਜਾ ਰਿਹਾ ਵੇ ਮਾਰਕ ਦਾ ਸੰਗੀ ਆ ਰਿਹਾ ਹੈ ਇਥੇ ਤਰਮਰਾਏ ਜੋਤਰੀ ਨੇ ਕਰਦਾ ਪਿਆ ਅਕਾਲ ਪੁਰਖ ਦੇ ਚਰਨਾਂ ਵਿੱਚ ਭੇ ਜਿਹੜੇ ਦੁੰਧਾ ਤੇ ਈਰਖਾ ਰੱਖਦੇ ਮਨਾਂ ਵਿੱਚ ਨਿੰਦਿਆ ਚੁਗਲੀ ਕਰਦੇ ਨੇ ਉਹਨਾਂ ਨੂੰ ਮੈਂ ਸਜਾਵਾਂ ਦੇ ਦੇ ਕਿ ਆਪਣੇ ਆਪ ਨੂੰ ਪਾਪੀ ਸਮਝਦੇ ਆਂ ਐਸਾ ਕੋਈ ਗੁਰਮਖ ਸਦੋ ਜਿੰਦੇ ਦਰਸ਼ਨ ਕਰਕੇ ਮੇਰੇ ਭਾਅ ਖੰਡਨ ਹੋ ਜਾਣ ਮਹਾਰਾਜ ਸੱਚੇ ਪਾਤਸ਼ਾਹ ਦੇ ਨੇ ਜਿਹੜਾ ਇਸ ਨਰਗਰ ਨੂੰ ਮਿਲ ਚੁੱਕਾ ਹੈ ਇਸਾ ਤੋਂ ਉੱਚਾ ਦੀਵਾਨ ਹੈ ਜਿੱਥੇ ਫੈਸਲਾ ਖੇਰੀ ਹੁੰਦਾ ਜਿਹੜਾ ਇਸ ਨੂੰ ਮਿਲ ਚੁੱਕਾ ਹੈ ਉਹ ਸਾਰੇ ਦੀਵਾਨਾਂ ਨੂੰ ਸਮਝੋ ਧਰਮਰਾਇ ਨੂੰ ਮਿਲ ਚੁੱਕਾ ਹੈ ਔਰ ਕਾਲ ਨੂੰ ਮਿਲ ਚੁੱਕਾ ਹੈ ਮਾਰੇ ਗੁਰਬਾਣੀ ਵਿੱਚ ਇਸ ਗੁਰਮੁਖੀ ਪਰ ਉਦਸ ਰਹੇ ਨੇ ਜੋ ਮਿਲਿਆ ਹਰ ਦੀਵਾਨ ਸੇ ਸਭੀ ਦੀਵਾਨੀਓ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸਸਕਰੂ ਉਸ ਕੇ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰਨਾਮ ਨਦਾਨ ਹੈ ਨਾਮੋ ਪਰਵਰਿਆ ਜਦੋਂ ਧਰਮਰਾਜ ਨੇ ਦੇਖਿਆ ਜੋਧੀਆਂ ਕਰਦਾ ਪਿਆ ਦਿਨ ਰਾਤ ਜਦੋਂ ਗੁਰਮਖ ਦੇ ਦਰਸ਼ਨ ਹੋਏ ਉਸੇ ਸਾਡੇ ਖੜਾ ਹੋ ਗਿਆ ਖੁਸ਼ ਹੋ ਗਿਆ ਕਿ ਮਾਲਕ ਨੇ ਮੇਰੀ ਸੁਣ ਲਈ ਗੁਰਮੁਖ ਨੂੰ ਸਾਡ ਲਿਆ ਤੇ ਗੁਰਮਖ ਨੇ ਆ ਕੇ ਦੱਸੋ ਵੀ ਸਾਡਾ ਹਿਸਾਬ ਕਿਤਾ ਜੋ ਹਿਸਾਬਤਾ ਪੁੱਛਿਆ ਉਹਦੇ ਤੁਹਾਡੇ ਤੱਕ ਸਿਫਤ ਸਾਡ ਭੰਡਾਰ ਪਰੇ ਪੈਨੇ ਉਹਨੇ ਗੁਰਮੁਖ ਪਾਤਸ਼ਾਹ ਲੇਖਾ ਨਿਬੜੇ ਸਿਫਤ ਪਰੇ ਭੰਡਾਰ ਇਧਰ ਮਾਲਕ ਇੰਤਜ਼ਾਰ ਕਰ ਰਿਹਾ ਦਸਵਾਂ ਦਰ ਖੋਲ ਕੇ ਬੇ ਬੱਚਾ ਮੇਰਾ ਆ ਰਿਹਾ ਜਿਉਂ ਹੀ ਤ ਤਾਂ ਛੱਡਦਾ ਹੋਇਆ ਸੱਚੋ ਇਸ ਮਾਇਆ ਦਸਵਾਂ ਦਰ ਪ੍ਰਵੇਸ਼ ਹੋਇਆ ਮਾਲਕ ਨੇ ਜਾਂਦਣਾ ਇੱਕ ਨਾ ਲਾ ਲੇ ਇੱਕ ਨਾ ਲਾ ਤੇ ਵਿਰਾਗ ਵਿੱਚ ਆ ਗਿਆ ਮਾਲਕ ਪੁੱਛਣ ਲੱਗੇ ਵਿਰਾਗ ਕਿਉਂ ਕੋਈ ਰਸਤੇ ਤਾਂ ਨਹੀਂ ਤਕਲੀਫ ਹੋਈ ਆਂਦਾ ਨਹੀਂ ਜੀ ਤੇ ਫਿਰ ਵਿਰਾਗ ਕਿਉਂ ਕਿਉਂਕਿ ਆਪਦੇ ਬੱਚੇ ਦੇ ਤਕਲੀਫ ਨੂੰ ਜਰ ਨਹੀਂ ਸਕਦਾ ਉਹਨਾਂ ਸਿਰਫ ਵਿਰਾਗ ਹੈ ਇਸ ਗੱਲ ਦਾ ਕਿ ਜੇ ਤੁਸੀਂ ਮੈਨੂੰ ਇਹ ਪਿਆਰ ਦਾ ਪਰਦਾ ਨਾ ਦੇਂਦੇ ਤੇ ਮੇਰੀ ਵੀ ਅਜੋ ਹਾਲਤ ਹੁੰਦੀ ਜਿਹੜੀ ਮੈਂ ਦੇਖਦਾ ਹਾਂ ਰਸਤੇ ਵਿੱਚ ਮਨਮੁਖਾਂ ਦੀ ਹੋਰੀ ਇੱਥੇ ਕੀ ਸ਼ਬਦ ਬੋਲਿਆ ਫਿਰ ਵਿਰਾਗ ਦੇ ਵਿੱਚ ਉਹਨਾਂ ਦੇ ਪ੍ਰੇਮ ਪਟੋਲਾ ਤੈਸੇ ਦਿੱਤਾ ਟਕਣ ਕਉ ਪਤ ਮੇਰੀ ਦਾਣਾ ਬੀਨਾ ਸਾਈ ਮਾੜਾ ਨਾਨਕ ਸਾਹਿਬ ਨਾ ਜਾਣਾ ਤੇਰੀ ਸਦਾ ਵਾਸਤੇ ਆਦੇਸ਼ ਮਾਣੇ ਇਹ ਹੁਣ ਗੁਰਮਖਾਂ ਦੇ ਕੋਲ ਦੇ ਛੱਡਣ ਤੋਂ ਬਾਅਦ ਆਉਂਦੇ ਨੇ ਗੁਰਮਖ ਪੁੱਛਦੇ ਤੁਹਾਡਾ ਸਾਥ ਕਿੱਥੇ ਗਿਆ ਇਹ ਫਿਰ ਗੁਰਮਖਾਂ ਨੇ ਆਹ ਕਹਾਣੀ ਦੱਸੀ ਕਿ ਇਸ ਰਸਤੇ ਆਇਆ ਹੈ ਬਸਰ ਚ ਗਿਆ ਕਿਉਂਕਿ ਇਹ ਨਾ ਗੁਰਮਖਾਂ ਦਾ ਆਉਣ ਜਾਂਦੇ ਇਹਨਾਂ ਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਕਿ ਸਾਡਾ ਸਾਥੀ ਜਿਸ ਮਾਰਗ ਨੇ ਭੇਜਿਆ ਸੀ ਉਹ ਤੇ ਚੱਲਣਾ ਚਲਾ ਗਿਆ ਕਿਸੇ ਦੂਸਰੇ ਜੁੜ ਵਿੱਚ ਨਹੀਂ ਗਿਆ ਇਹ ਖੁਸ਼ੀ ਮਨਾ ਰਹੇ ਨੇ ਕਿ ਜਦੋਂ ਸਾਨੂੰ ਹੀ ਸਦਾ ਹੈ ਇਸ ਕਰ ਜਾਣਾ ਰੋਜ਼ ਆਉਣਾ ਜਾਣਾ ਇਹਨਾਂ ਨੂੰ ਪਛਾਣਨੇ ਕਿਉਂ ਮਨ ਜਾਗਿਆ ਇਹਨਾਂ ਦਾ ਇਹਨਾਂ ਨੂੰ ਸਮਝਾਇਆ ਗਿਆ ਆਹ ਦਿਨ ਦੇ ਟਾਈਮ ਤੇ ਆਹ ਜਿਹੜਾ ਤੁਹਾਡਾ ਆਕਾਰ ਹੈ ਇਹ ਮਾਇਆ ਦਾ ਹੈ ਜਦੋਂ ਤੁਸੀਂ ਆਪਦੇ ਘਰ ਪ੍ਰਵੇਸ਼ ਹੋਣਾ ਹੈ ਚੌਥੇ ਪੱਧਰੇ ਪ੍ਰਵੇਸ਼ ਹੋਣਾ ਹੈ ਸਹਿਲਵੇ ਜਾਣਾ ਹੈ ਸੁੰਨੈ ਸਮਾਉਣਾ ਹੈ ਇਹ ਉੱਥੇ ਗਾਲ ਨਹੀਂ ਜਾ ਸਕਦਾ ਉੱਥੇ ਮਾਇਆ ਪ੍ਰਵੇਸ਼ ਨਹੀਂ ਹੋ ਸਕਦੀ ਇਹ ਜਿਹੜਾ ਸਾਡਾ ਮਾਇਆ ਦਾ ਮੂਲ ਹੈ ਸਰੀਰ ਜਿਹੜਾ ਇਸ ਨਾਮ ਦੇ ਉੱਪਰ ਆਕਾਰ ਦਿੱਤਾ ਹੋਇਆ ਹੈ ਜਿਨੂੰ ਗੁਰਬਾਣੀ ਵਿੱਚ ਸਤਪੁਰਖ ਕਹਤਾ ਹੈ ਅਕਾਲ ਮੂਰਤ ਕਹਤਾ ਹੈ ਜੋ ਨਾਮ ਦੇ ਉੱਪਰਕਾਰ ਦਿੰਦਾ ਹੈ ਜਿਥੇ ਇਹ ਗੁਰਮੁਖ ਧਿਆਨ ਰੱਖਦੇ ਨੇ ਜਿਨੂੰ ਖਜ਼ਾਨਾ ਮਿਲਦਾ ਹੈ ਜੋ ਗੁਰਬਾਣੀ ਦੱਸਿਆ ਨੇ ਸਤਪੁਰਖ ਅਕਾਲ ਮੂਰਤ ਰਿਧੇ ਤਰੋ ਧਿਆਨ ਨਾਮ ਨਦਾਨ ਲਾ ਨਾਨਕ ਇਹ ਵਸ ਪ੍ਰਵਾਨ ਇਹ ਜਿਹੜਾ ਸਰੀਰ ਸੁਖਮ ਇਹ ਹੀ ਸਿਰਫ ਸੋਣੇ ਵਿੱਚ ਪ੍ਰਵੇਸ਼ ਹੁੰਦਾ ਹੈ ਰਾਤ ਨੂੰ ਜਿਵੇਂ ਆਪਾਂ ਸੌਣੇ ਉਹਨੂੰ ਸੱਦ ਮਨਕਾਰ ਵਿੱਚ ਜਾਂਦਾ ਹੈ ਸੁਣਨੇ ਪ੍ਰਵੇਸ਼ ਹੁੰਦਾ ਇਹ ਮਨ ਨਾਲ ਜਾ ਸਕਦੀ ਸਿਰਫ ਆ ਜਦ ਆਪਣਾ ਸੁਖਮਕਾਰ ਇਹ ਜਾਂਦਾ ਹੈ ਇਹ ਜਿਹੜੇ ਉੱਪਰ ਲਿਖਾਇਆ ਇਹ ਦਲੇ ਪਾਸੇ ਰਹਿ ਜਾਂਦੇ ਇਹਦਾ ਪੌਂਦ ਨਸਮੰਦੇ ਇਹਨੂੰ ਸਾਰਾ ਪਹਿ ਦਿੱਤਾ ਹੋਇਆ ਹੈ ਵੀ ਇਸ ਇਲਾਕੇ ਵਿੱਚ ਤੁਸੀਂ ਪਛਾਣ ਦਿਓ ਆ ਮੇਰਾ ਪੁੱਤਰ ਹੈ ਆ ਮੇਰੀ ਔਰਤ ਹੈ ਆ ਮੇਰਾ ਪਰਿਵਾਰ ਹੈ ਘਰਬਾਰ ਹੈ ਲੇਕਿਨ ਮਨ ਮੁਫਜਦਾ ਜਦੋਂ ਸੌਂ ਜਾਂਦਾ ਭੁੱਲ ਜਾਂਦਾ ਉਹਨੂੰ ਪਛਾਣ ਨਿਕਲ ਸੁਤਾ ਹੈ ਇਹਨਾਂ ਨੂੰ ਜਗਾਇਆ ਹੋਇਆ ਇਸ ਕਰਕੇ ਇਹਨਾਂ ਨੂੰ ਪਤਾ ਹੈ ਜਦੋਂ ਅਸੀਂ ਸੁੰਨ ਵਿੱਚ ਗਏ ਪ੍ਰਵੇਸ਼ ਹੋਏ ਇਹ ਆਕਾਰ ਨੂੰ ਜਾ ਸਕਦਾ ਉੱਥੇ ਸੁਖਮ ਸਿਰਫ ਆਕਾਰ ਜਾਣਾ ਇਸ ਕਰਕੇ ਸੁਖਮ ਆਕਾਰ ਦੀ ਇਹਨਾਂ ਨੂੰ ਸਹੀ ਜਾ ਕੇ ਪਛਾਣ ਕਰਾਈ ਹੋਈ ਹੈ ਇਹ ਉੱਥੇ ਪਛਾਣ ਲੈਂਦੇ ਨੇ ਕਿ ਉਹ ਸਾਡਾ ਸੰਗੀ ਸਾਥੀ ਕਿਉਂਕਿ ਉੱਥੇ ਨਾ ਤਾਂ ਕੋ ਬੁੱਢਾ ਹੈ ਨੌਜਵਾਨ ਹੈ ਨਾ ਬੱਚਾ ਹੈ ਨਾ ਕੋਈ ਔਰਤ ਹੈ ਨਾ ਮਰਦ ਉਹ ਤਾਂ ਇੱਧਰ ਹੀ ਪਛਾਣ ਰਹਿ ਗਈ ਰੰਗ ਰੂਪ ਤਾਂ ਇੱਧਰ ਜਾ ਗਿਆ ਉਸੇ ਸੇ ਸੁਖਮ ਨੇ ਉਸ ਨੂੰ ਪਰਿਵਾਰ ਕਿਹਾ ਜਾਂਦਾ ਹੈ ਪਰਿਵਾਰ ਪਰੀਆਂ ਉਸ ਨੂੰ ਹੰਸ ਰੂਮਾ ਕਿਹਾ ਜਾਂਦਾ ਉਸ ਨੂੰ ਸੱਜਣ ਕਿਹਾ ਗਿਆ ਜਿਹੜਾ ਇੱਥੇ ਜਾ ਕੇ ਪਰਿਵਾਰ ਬਣਦਾ ਉਹ ਅਸਲੀ ਪਰਿਵਾਰ ਜਿਹੜਾ ਇੱਥੇ ਪਿਆਰੇ ਔਰ ਉੱਥੇ ਪਿਆਰੇ ਜਾ ਕੇ ਮਲਾਪੇ ਸੋ ਆਪਾਂ ਸਾਰਿਆਂ ਨੇ ਗੁਰੂਦਵਾਰਾ ਇਹ ਵਸਤਾ ਗੁਰੂ ਆਲੇ ਬਣ ਕੇ ਅੰਮ੍ਰਿਤ ਦਾ ਲੈ ਕੇ ਸਤਗੁਰ ਸ਼ਨਵਾ ਚ ਆ ਕੇ ਜੋ ਵਿਧੀ ਜੋ ਤਰੀਕਾ ਜੋ ਕਲਾ ਜੋ ਹੁਨਰ ਦੱਸਿਆ ਉਹ ਅਪਣਾ ਕੇ ਆਪਾਂ ਵੀ ਇਸ ਇਸ ਪਰਿਵਾਰ ਵਾਂਗੂ ਦਰਗਾਹ ਵਿੱਚ ਮਹਿਰ ਵਿੱਚ ਪਰਲੋਕ ਵਿੱਚ ਆਉਣਾ ਜਾਣਾ ਬਣਾਉਣਾ ਤਾਂ ਕਿ ਜਦੋਂ ਸਾਨੂੰ ਹੀ ਸੱਦਾ ਆਵੇ ਇਹ ਨਾ ਕੋਈ ਆਖੇ ਕਿ ਥੇ ਗਿਆ ਇਹ ਨਾ ਕੋਈ ਰੇ ਰੇ ਨਾ ਕਰੇ ਪਿਆ ਜਾ ਰਿਹਾ ਜੀ ਇਸ ਕਰਕੇ ਆਪਾਂ ਨੂੰ ਹਦਾਇਤ ਹੈ ਕਿ ਆਹ ਜਿਹੜਾ ਸਾਡਾ ਘਰ ਹੈ ਇਹਨਾਂ ਨੂੰ ਸਮਝਾਇਆ ਗਿਆ ਹੈ ਆਹ ਇਲਾਕਾ ਜਿਹੜਾ ਨੇਤਰਾ ਤੋਂ ਇਧਰ ਦਾ ਇਹ ਕਾਲ ਦਾ ਦੇਸ਼ ਇਸ ਇਲਾਕੇ ਵਿੱਚ ਤੁਹਾਡਾ ਡੇਰਾ ਨਹੀਂ ਰਹਿੰਦਾ ਤੁਹਾਡਾ ਘਰ ਨਹੀਂ ਇਸ ਇਲਾਕੇ ਵਿੱਚ ਤੁਹਾਡਾ ਅਸਲੀ ਘਰ ਸੁਣਨੇ ਇਹਨੂੰ ਸਾਰਾ ਸਮਝਾਤਾ ਹੈ ਉਹਦੇ ਸਤਗੁਰ ਤੇ ਪਾਏ ਵਿਚਾਰਾ ਸੁਣ ਸਮਾਦ ਸੱਚਾ ਕਰਬਾਰਾ ਤੇਥੇ ਨਿਰਮਲ ਨਾਦ ਸਭ ਤੁਨ ਸੱਚ ਰਾਮ ਨਾਮ ਸਮਾਿੰਦਾ ਇਹਨਾਂ ਨੇ ਇਹ ਕਾਰ ਦਾ ਪੇਰ ਦਿੱਤਾ ਹੋਇਆ ਵੀ ਤੁਹਾਡਾ ਰਹਿਣ ਵਾਲਾ ਨੇਚਰ ਕਰ ਰਿਹਾ ਹੈ ਅੱਜ ਜਿਹੜਾ ਆਪਾਂ ਇਸ ਇਲਾਕੇ ਵਿੱਚ ਇਕੱਠੇ ਹੋਏ ਆਂ ਇਹ ਆਪਜੀ ਡੇਰਾ ਸਾਡਾ ਘਰ ਇਸ ਕਰਕੇ ਆਂਦੇ ਨੇ ਹੁਣ ਤੁਸੀਂ ਆਪ ਦਾ ਅਸਲੀ ਡੇਰਾ ਪਛਾਣ ਲਓ ਉਹਨਾਂ ਦੇ ਗੁਰੂ ਦੇ ਸ਼ਬਦ ਰਾਹੀਂ ਇਹ ਪਛਾਣ ਲਓ ਡੱਡਾ ਡੇਰਾ ਇਹ ਨਹੀਂ ਇਹ ਡੇਰਾ ਤੇ ਜਾਣ ਉਹ ਡੇਰਾ ਕਾ ਸੰਜਮ ਉਹਨਾਂ ਦੇ ਸ਼ਬਦ ਪਛਾਣ ਫਿਰ ਆਂਦਾ ਇਹ ਨਾ ਦੇਖਿਆ ਜੇ ਕਿਸੇ ਟਾਈਮ ਤੇ ਵੀ ਉਹ ਬੁਲਾ ਸਕਦਾ ਹੈ ਉਹਨਾਂ ਦੇ ਸਵਾਸੇ ਡੋਰੋਂ ਦੇ ਹੱਥੇ ਜਿੰਤੇ ਦਿੱਤੇ ਨੇ ਜਦੋਂ ਸੰਸਾਰ ਵਿੱਚ ਪ੍ਰਵੇਸ਼ ਹੋਏ ਉਹਨਾਂ ਨੂੰ ਸ਼ੁਰੂ ਹੁੰਦਾ ਪਤਾ ਲੱਗ ਗਿਆ ਤ੍ਰੈਗੁਣਾਂ ਨੂੰ ਮਾਨ ਆਇਆ ਸਵਾਸ ਖਰਚੇ ਵਿੱਚ ਸ਼ੁਰੂ ਹੋ ਗਏ ਨੇ ਅੰਤ ਗੁਪਤ ਰੱਖ ਲੈ ਤੇ ਹਰ ਇੱਕ ਸਵਾਸ ਤੇ ਜਿਆਦਾ ਸਿਨੇ ਬਣੀ ਰਹੇ ਆਸਵਾਸ ਆਇਆ ਤੇ ਜੇ ਬਲਾ ਬਲਾਵਾ ਨਹੀਂ ਆਇਆ ਹੋ ਸਕਦਾ ਅਗਲੇ ਸਵਾਸ ਤੇ ਸਦਲੇ ਉਹ ਟੱਪ ਗਿਆ ਅਗਲੇ ਤੇ ਸਦਲੇ ਜਦ ਤਸ ਬਣੀ ਰਹੇ ਨਾਲ ਪਿਆਰ ਬਣਿਆ ਰਹੇ ਕਿ ਜਿਸ ਮਾਤਾ ਪਿਤਾ ਨੇ ਭੇਜਿਆ ਉਹਦੇ ਕੋਲ ਵਾਪਸ ਮੁਰਨਾ ਕਿਉਂ ਉਸ ਇਲਾਕੇ ਸੁਖੀ ਸੁਖੀ ਇਸ ਇਲਾਕੇ ਵਿੱਚ ਦੁਖੀ ਦੁਖੀ ਇਸ ਇਲਾਕੇ ਵਿੱਚ ਇਹ ਕਪੜਾ ਪਹਿਨ ਦਾ ਮਨ ਆ ਕੇ ਮਨ ਮੁਖਾਂ ਦਾ ਤਰੇ ਗੁਣਾ ਦਾ ਇਹ ਤਰਾਹ ਗੁਣ ਦਾ ਕਪੜਾ ਦੁੱਖ ਦਾ ਕਪੜਾ ਹੈ ਦੋ ਹੀ ਕਪੜੇ ਦੇ ਵਾਸਤੇ ਸੀ ਦੁੱਖ ਸੁਖ ਦੋਹੇ ਦਰ ਕਪੜੇ ਹੈ ਪਰੇ ਜਾਏ ਮਨ ਲੋਕ ਇਸ ਹਲਾਕੇ ਦੁੱਖ ਦਾ ਕਪੜਾ ਹੈ ਨਿਜ ਮਹਿਲ ਦੇ ਵਿੱਚ ਸੁਖ ਦਾ ਹੈ ਸੁਖ ਮਾਲੇ ਸੁਖ ਦਾ ਕਪੜਾ ਸਿਰਸਲਾ ਦਾ ਕਪੜਾ ਪਾਇਆ ਹੁੰਦਾ ਗੁਰਮੁਖ ਖਾਨ ਨੇ ਔਰ ਸੁਖ ਅਨੰਦ ਲੈਂਦੇ ਨੇ ਸੋ ਆਪਾਂ ਵੀ ਕੋਸ਼ਿਸ਼ ਕਰਨੀ ਹੈ ਇਹਨਾਂ ਦੇ ਜੀਵਨ ਤੇਰੇ ਗੋਰੀ ਚੰਨ ਵਿੱਚ ਆ ਕੇ ਜੀਵਨ ਦੇ ਜਾ ਸਿੱਖ ਲਈਏ ਜੇ ਸਾਡਾ ਅਸਲੀ ਪਿਆਰ ਹੈ ਤੇ ਅੰਗੇ ਦਰਗਾਹ ਵਿੱਚ ਹੋ ਜਾਈਏ ਇਹ ਇਥੋਂ ਦੇ ਪਾਸ਼ਾ ਵੀ ਜਾਣਦੇ ਨੇ ਉਹ ਦਰਗਾਹ ਦੇ ਪਾਸ਼ਾ ਵੀ ਜਾਣਦੇ ਨੇ ਜਦੋਂ ਉੱਥੇ ਮਿਲਦੇ ਨੇ ਉਹ ਪਾਸ਼ਾ ਬੋਲਦੇ ਨੇ ਇੱਥੇ ਮਿਲਦੇ ਨਾਲ ਪਾਸ਼ਾ ਬੋਲਦੇ ਨੇ ਇਸ ਕਰਕੇ ਉੱਥੋਂ ਦੇ ਪਾਸ਼ਾ ਤੇ ਇਥੋਂ ਦੇ ਅੰਤਰ ਹੈ ਉਹ ਲਾਕਾ ਅਨਹਦ ਅਨਹਦ ਪਾਸ਼ਾ ਇਹਨਾਂ ਲਾਕਾ ਜਿਹੜਾ ਹਦਬੰਦ ਦੇ ਵਿੱਚ ਇਹ ਪੌਣ ਪੌਣ ਬਸੰਤ ਦੇ ਪਾਸ਼ਾ ਹੈ ਜਦੋਂ ਇਹ ਪਾਸ਼ਾ ਮਨ ਸੁਣਨ ਵਿੱਚ ਪ੍ਰਵੇਸ਼ ਹੋ ਜਾਂਦਾ ਹੈ ਇਹ ਪਾਸ਼ਾ ਅਨਹਦ ਹੋ ਜਾਂਦੀ ਉੱਥੇ ਦੀ ਇਥੇ ਜਿਹੜੇ ਆਪਣੇ ਆਵਾਜ਼ ਜਿਵੇਂ ਤਰੇਗੁਣਾ ਵਿੱਚ ਹੁਣ ਸਾਇੰਸ ਨੇ ਆਪਣੀ ਆਵਾਜ਼ ਕਵਰ ਕਰ ਲਈ। ਆਪਣੇ ਤਸਵੀਰਾਂ ਕਵਰ ਕਰ ਲਈਆਂ। ਹੱਦਬੰਦੀ ਵਿੱਚ। ਤੁਹਾਨੂੰ ਟੈਲੀਵਿਜ਼ਨ ਉੱਤੇ ਤੁਹਾਡੀ ਆਵਾਜ਼ ਤੇ ਤਸਵੀਰਾਂ ਦਿਖਾ ਰਹੇ ਨੇ। ਇਸੇ ਤਰ੍ਹਾਂ ਚੌਥੇ ਪੜਦੇ ਅਵਸਥਾ ਵਿੱਚ ਅੱਜ ਤੋਂ 300 ਸਾਲ ਤੋਂ ਪਹਿਲਾਂ ਗੁਰਗੋਬਿੰਦ ਸਿੰਘ ਜੀ ਨੇ ਇਹ ਆਵਾਜ਼ ਪਗੜੀ ਜਿਹੜੀ ਕਿ ਇਹ ਸੈਂਸ ਉਹਨੂੰ ਇੰਨਤਕੀਨ ਸੀ ਕਰ ਸਕੀ। ਅਜ ਤਾਂ ਕੁਝ ਉਹ ਤੇ ਪੱਦੀ ਵਾਣੀ ਪਗੜੀ ਜਾ ਰਹੀ ਸੋ ਇਹ ਆਪਨ ਹੁਣ ਦੱਸਿਆ ਆਪਣੇ ਦਿਮਾਗ ਦੇ ਕਾਰਡ ਇੰਨੀ ਤਾਂ ਕੱਢ ਲਈ